ਕੋਲੇ ਵਾਲੇ ਇੰਜਣ ਦੀ ਕੀ ਆਵਾਜ਼? ਸਪੀਡ ਫੜ ਗਿਆ ਉਹਦੀ, ਜ਼ਿਆਦਾ ਤੋਂ ਜ਼ਿਆਦਾ ਇਹੀ ਸਪੀਡ ਹੁੰਦੀ ਸੀ। ਇਹਦੀਆਂ ਜਿਹੜੀਆਂ ਬੋਗੀਆਂ ਹੁੰਦੀਆਂ ਸਨ ਉਹਦੀ ਕੀ ਆਵਾਜ਼ ਹੁੰਦੀ ਸੀ? ਜਦੋਂ ਲਾਈਨ ਕ੍ਰਾਸ ਕਰਦੀ ਉਦੋਂ ਕੀ ਆਵਾਜ਼ ਹੋਣੀ? ਉਹ ਜਦੋਂ ਪੁਲ ਦੇ ਉੱਤੋਂ ਲੰਘਦੀ ਹੁੰਦੀ ਸੀ ਉਹਦੀ ਕੀ ਆਵਾਜ਼ ਹੁੰਦੀ ਸੀ? ਦਰਿਆ ਦੇ ਉੱਤੋਂ ਜਦੋਂ ਖਾਲੀ ਜਗ੍ਹਾ ਆਉਂਦੀ ਸੀ ਉੱਥੇ ਆਵਾਜ਼ ਚੇਂਜ ਹੋ ਜਾਂਦੀ ਸੀ, ਉੱਥੇ ਕੀ ਆਵਾਜ਼ ਹੁੰਦੀ ਸੀ? ਹੁਣ ਇਸ ਸਪੀਡ ਤੇਜ਼ ਹੋ ਗਈ, ਇਹਦੇ ਵਿੱਚ ਇੰਜਣ ਕੀ ਕਰ ਰਿਹਾ? ਜਦੋਂ ਤੁਸੀਂ ਗੌਰ ਕੀਤਾ ਹੋਏਗਾ ਟ੍ਰੇਨ ਦੂਰੋਂ ਆ ਰਹੀ ਹੈ, ਬੰਦਾ ਪਟਰੀ ਦੇ ਕੋਲ ਖਲੋਤਾ, ਲਾਈਨ ਦੇ ਕੋਲ ਖਲੋਤਾ, ਅਤੇ ਦੂਰੋਂ ਪਹਿਲੇ ਕੰਨ ਲਾ ਕੇ ਸੁਣਦੇ ਹੁੰਦੇ ਸੀ ਕਿ ਟ੍ਰੇਨ ਆ ਰਹੀ ਹੈ ਜਾਂ ਨਹੀਂ। ਉਹ ਦੂਰੋਂ ਆ ਰਹੀ ਹੈ, ਆ ਕੇ ਉਹਦੇ ਕੋਲ ਆ ਕੇ ਆਵਾਜ਼ ਤੇਜ਼ ਹੋ ਗਈ, ਉਹਦੇ ਕੋਲੋਂ ਜਦੋਂ ਲੰਘ ਕੇ ਚਲੇ ਗਈ ਫਿਰ ਕੀ ਆਵਾਜ਼? ਦੂਰੋਂ ਆ ਰਹੀ, ਇਹਦੀ ਬ੍ਰੇਕ ਕਿਵੇਂ ਲੱਗਦੀ ਸੀ? ਕਾਫੀ ਦੂਰ ਤੋਂ ਬ੍ਰੇਕ ਖਿੱਚਣੀ ਪੈਂਦੀ। ਹੁਣ ਇਸ ਤੋਂ ਪਹਿਲੇ ਇੱਕ ਟ੍ਰੇਨ ਮੈਂ ਬਣਾਈ ਸੀ ਜਿਹੜੀ ਇਸ ਦੌਰ 'ਚ ਚੱਲਦੀ ਹੈ, ਉਹ ਫਾਸਟ ਹੈ, ਉਹਦੇ ਡੱਬਿਆਂ ਦੀ ਕੀ ਆਵਾਜ਼ ਹੈ ਅਤੇ ਇੰਜਣ ਦੀ ਆਵਾਜ਼ ਕੀ ਹੈ? ਇਹ ਦੋ ਮੁਖਤਲਿਫ ਬਣਾਈਆਂ, ਨਵਾਂ ਐਕਸਪੈਰੀਮੈਂਟ ਕੀਤਾ। ਇਹਦੇ ਡੱਬਿਆਂ ਦੀ ਕੀ ਆਵਾਜ਼? ਇਹ ਡੱਬਿਆਂ ਤੋਂ ਸਟਾਰਟ ਹੋ ਰਹੀ ਹੈ, ਇੰਜਣ ਬਾਅਦ 'ਚ ਮਿਕਸ ਕਰਾਂਗਾ ਵੀ। ਤੇਜ਼ ਗਾਮ ਹੈ, ਇਹ
ਜ਼ਿੰਦਗੀ ਵਾਲ ਹੈ। ਭਾਈਜਾਨ ਤੁਸੀਂ ਗੌਰ ਕੀਤਾ ਹੋਣਾ ਜਦੋਂ ਸਵਾਰੀਆਂ ਇੰਜਨ ਵਿੱਚ ਹਿਲ ਰਹੀਆਂ ਉਦੋਂ ਕੀ ਆਵਾਜ਼ ਹੈ। ਇਹ ਲਾਈਨ ਕਿਵੇਂ ਬਦਲਦੀ ਫਾਸਟ ਫਾਸਟ ਤਰੀਕੇ ਦੇ ਨਾਲ ਲਾਈਨ ਕਿਵੇਂ ਬਦਲਦੀ। ਲੰਘ ਗਈ ਹੈ ਇਹ ਪੁੱਲ ਦੇ ਉੱਤੋਂ ਕਿਵੇਂ ਲੰਘਦੀ ਹੈ। ਭਾਈਜਾਨ ਇਹਦੇ ਪੁੱਲ ਦੀ ਕੀ ਆਵਾਜ਼ ਪੁੱਲ ਦੇ ਉੱਤੋਂ ਕਿਵੇਂ ਲੰਘਦੀ। ਦਰਿਆ ਦਰਿਆ ਦਾ ਪੁੱਲ ਪਾਣੀ ਦੀ ਟ੍ਰੇਨ ਦੀ ਆਵਾਜ਼ ਮਿਕਸ ਹੋ ਕੇ ਇਹ ਸੁਰੰਗ ਦੇ ਵਿੱਚੋਂ ਕਿਵੇਂ ਲੰਘਦੀ ਹੈ। ਇੱਧਰ ਪਹਾੜਾਂ ਦੇ ਵਿੱਚ ਜਾਓ ਕੁਆਟ ਵਾਲੇ ਸੁਰੰਗ ਦੇ ਵਿੱਚੋਂ ਕਿਵੇਂ ਲੱਗਦੀ। ਕੱਲਾ ਕੱਲਾ ਡੱਬਾ ਬਾਹਰ ਕਿਵੇਂ ਨਿਕਲਦਾ ਕੱਲਾ ਕੱਲਾ ਡੱਬਾ ਬਾਹਰ ਨਿਕਲਦਾ ਤੇ ਆਵਾਜ਼ ਤੇਜ਼ ਹੋਈ ਜਾ ਰਹੀ। ਇਹਦੀ ਬ੍ਰੇਕ ਕਿਵੇਂ ਲੱਗਦੀ ਹੈ ਜਿਹੜੀ ਫਾਸਟ ਹੈ। ਬ੍ਰੇਕ ਇੱਕ ਮਿੰਟ